ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਦਰੋ ਘਰੋ ਵਰੋ ਸਾਏ ਹੋਏ ਮਹਾਂਪੁਰਖ ਬਾਬਾ ਵੀਰ ਸਿੰਘ ਜੀ ਅਤੇ ਹੋਰ ਨਾਮ ਰਸੀਏ। ਅਸੀਂ ਅੱਜ ਦੇ ਇਸ ਪਸ਼ਚਾਤਾਪ ਜਿਸ ਦਿਨ ਕਰਕੇ ਅਸੀਂ ਇਹ ਸੋਚਣ ਦਾ ਇੱਕ ਅਵਸਰ ਪੈਦਾ ਕੀਤਾ ਹੈ ਵੀ ਖਾਲਸਾ ਰਾਜ ਕਿਵੇਂ ਗਿਆ ਅਤੇ ਉਹਦੇ ਵਿੱਚ ਆਪਸੀ ਜਿਹੜੀ ਫੁੱਟ ਸੀ, ਇੱਕ ਦੂਜੇ ਪ੍ਰਤੀ ਬੇਵਿਸ਼ਵਾਸੀ ਜਿਹੜੀ ਸੀ, ਉਸ ਪੈਦਾ ਹੋਣ ਦਾ ਕਾਰਨ ਬਣਿਆ ਵੀ ਖਾਲਸਾ ਰਾਜ ਸਮਾਪਤ ਹੋਇਆ। ਅਤੇ ਅੱਜ ਵੀ ਜਿਹੜਾ ਸਾਡਾ ਪੰਥ ਵਿੱਚ ਜਿਹੜੀ ਹੈ ਉਹ ਬੇਵਿਸ਼ਵਾਸੀ ਅਤੇ ਆਪਸੀ ਫੁੱਟ ਜਿਹੜੀ ਉਹ ਬਹੁਤ ਹੈ। ਇਸ ਕਰਕੇ ਅਸੀਂ ਯਤਨ ਕੀਤਾ ਇਸ ਕਰਨ ਦਾ ਵੀ ਅਸੀਂ ਉਸ ਸਬਕ ਤੋਂ ਸਿੱਖ ਕੇ ਅਤੇ ਅਸੀਂ ਆਪਣਾ ਜਿਹੜਾ ਆਉਣ ਵਾਲਾ ਸਮਾਂ ਹੈ ਉਹਨੂੰ ਅਸੀਂ ਉਜਲਾ ਅਤੇ ਜਿਹੜਾ ਹੈ ਉਹ ਸਾਫ ਕਰ ਸਕੀਏ। ਅਕਾਲ ਤਖ਼ਤ ਸਾਹਿਬ ਵਿਖੇ 1844 ਵਿੱਚ ਹੀਰਾ ਸਿੰਘ ਡੋਗਰਾ ਦੀਆਂ ਲਾਹੌਰ ਦੀਆਂ ਫੌਜਾਂ ਵੱਲੋਂ ਬੀਰ ਸਿੰਘ ਨੌਰੰਗਾਬਾਦ 'ਤੇ ਹੋਏ ਹਮਲੇ ਦਾ ਪਸ਼ਚਾਤਾਪ ਸਮਾਗਮ ਕਰਵਾਇਆ ਗਿਆ। ਇਸ ਹਮਲੇ ਵਿੱਚ ਬੀਰ ਸਿੰਘ ਅਤੇ ਕਈ ਸਿੱਖ ਫੌਜੀਆਂ ਦੀ ਮੌਤ ਹੋਈ ਸੀ। ਬੀਰ ਸਿੰਘ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸਨ, ਬਾਅਦ ਵਿੱਚ ਨੌਕਰੀ ਛੱਡ ਕੇ ਉਹ ਧਰਮ ਪ੍ਰਚਾਰਕ ਬਣ ਗਏ ਸਨ। ਅੰਮ੍ਰਿਤਸਰ ਜ਼ਿਲ੍ਹੇ ਦੇ ਨੌਰੰਗਾਬਾਦ ਵਿੱਚ ਬਣਾਏ ਉਹਨਾਂ ਦੇ ਡੇਰੇ ਵਿੱਚ ਕਈ ਘੋੜਸਵਾਰ ਅਤੇ ਫੌਜੀ ਰੱਖੇ ਹੋਏ ਸਨ। ਲਾਹੌਰ ਦਰਬਾਰ ਦੀਆਂ ਕਈ ਸ਼ਖਸੀਅਤਾਂ ਬੀਰ ਸਿੰਘ ਦੇ ਕਰੀਬੀ ਸਨ। ਬੀਰ ਸਿੰਘ ਜੀ ਨੌਰੰਗਾਬਾਦ ਦੀ ਸਿੱਖ ਪੰਥ ਦੀ ਬੜੀ ਵੱਡੀ ਹਸਤੀ ਸਨ। ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਉਹਨਾਂ ਦੀ ਯਾਦ ਦੇ ਵਿੱਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਮਹਾਨ ਗੁਰਮਤਿ ਸਮਾਗਮ ਕੀਤਾ ਗਿਆ, ਜਿਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ, ਸੰਪਰਦਾਵਾਂ, ਜਥੇਬੰਦੀਆਂ ਸ਼ਾਮਿਲ ਹੋਈਆਂ ਨੇ। ਅਕਾਲ ਪੁਰਖ ਦਾ ਹੁਕਮ ਜਦੋਂ ਹੁੰਦਾ ਹੈ, ਪਰਮੇਸ਼ਵਰ ਦਾ, ਉਦੋਂ ਹੀ ਸਾਰਾ ਹੁੰਦਾ। ਸੰਤ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਔਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਔਰ ਜੋ ਗੁੰਡਾਗਰਦੀ ਹੋਈ, ਜੋ ਗੁਰਸ਼ਾਗਰਦੀ ਹੋਈ, ਔਰ ਜਿਹੜੇ ਅੰਗਰੇਜ਼ਾਂ ਨੇ ਘੁਸਪੈਠ ਕਰਕੇ ਡੋਗਰਿਆਂ ਦੇ ਰਾਹੀਂ ਔਰ ਉਹਨਾਂ ਸਿੱਖਾਂ ਤੋਂ ਹੀ ਬਾਬਾ ਵੀਰ ਸਿੰਘ ਨੌਰੰਗਾਬਾਦ ਅਤੇ ਹੋਰ ਗੁਰਸਿੱਖਾਂ ਦਾ ਉੱਥੇ ਬਹੁਤ ਕਤਲ ਹੋਇਆ, ਸ਼ਹੀਦ ਹੋਏ ਔਰ ਉਹਨਾਂ ਦੀ ਅੱਜ ਪਸ਼ਚਾਤਾਪ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ੍ਰੀ ਅਕਾਲ ਤਖ਼ਤ ਸਾਹਿਬ ਪਾਏ ਗਏ। ਤੁਮ ਕਾ ਸ਼ਨਹਾਰ